एक शुक्राना दूसरा मुस्कुराना और तीसरा किसी का दिल ना दुखाना ये है तीन रास्ते सुखी होने के आप सभी दर्शकों को राधा स्वामी देखिए सवाल जवाब का ये छोटा सा वीडियो बाबा जी जो इंसान दी इच्छावान दिनों दिन बढ़िया रहा उस मन की कागरता लिए की करना चाहिए ਬੇਟਾ ਇਹਦੇ ਵਿੱਚ ਦੋ ਪੈਲੂ ਹੈਗੇ ਆ ਇੱਕ ਤਾਂ ਇਹ ਹੈਗਾ ਕਿ ਆਪਾਂ ਇਹੋ ਜੀ ਅਵਸਥਾ ਬਣਾਈਏ ਕਿ ਜੋ ਵੀ ਕੰਮ ਕਰੀਏ ਨਿਸ਼ਕਾਮ ਹੋ ਕੇ ਕਰੀਏ ਕਿ ਉਹਦੇ ਵਿੱਚ ਗਿਣਤੀ ਨਹੀਂ ਲਿਆਣੀ ਕਿ ਇਹਦੇ ਚ ਮੈਨੂੰ ਕੀ ਮਿਲੂਗਾ ਕਿਉਂਕਿ ਜਿੱਥੇ ਗਿਣਤੀ ਲਿਆਏ ਤਾਂ ਬੇਟਾ ਕਾਰੋਬਾਰ ਹੋ ਗਿਆ ਫਿਰ ਉਹ ਸੇਵਾ ਭਾਵਨਾ ਦੀ ਗੱਲ ਨਹੀਂ ਹੋਈ ਵਿੱਚ ਮੰਗਰ ਉਹ ਤਾਂ ਲਕਸ਼ਗ ਹੁਣ ਜੇ ਆਪਾਂ ਆਪਣੇ ਮਾਹੌਲ ਨੂੰ ਦੇਖੀਏ ਆਪਣੀ ਜ਼ਿੰਦਗੀ ਨੂੰ ਦੇਖੀਏ ਕਿ ਜੋ ਕੁਝ ਵੀ ਹੁੰਦਾ ਹੈ ਜਿੰਨਾ ਚਿਰ ਮਨ ਚ ਚਾਹਤ ਨਹੀਂ ਹੋਊਗੀ ਤਾਂ ਕਿਵੇਂ ਹੋਊਗਾ ਬੇਟਾ ਹੁਣ ਮੇਰੇ ਮਨ ਚ ਚਾਹਤ ਹੈਗੀ ਹੈ ਕਿ ਮੈਂ ਸਾਫ ਸੁਥਰਾ ਰਹਿਣਾ ਤਾਂ ਹੀ ਜਾ ਕੇ ਨਹਾਉਂਗਾ ਮੇਰੇ ਮਨ ਚ ਇੱਛਾ ਹੈਗੀ ਹੈ ਕਿ ਮੈਂ ਜਿਸਮ ਦਾ ਦੇਖਭਾਲ ਕਰਾਂ ਤਾਂ ਹੀ ਰੋਟੀ ਖਾਉਂਗਾ ਬੇਟਾ ਸੋ ਹਰ ਇੱਕ ਚੀਜ਼ ਇੱਕ ਇੱਛਾ ਤੋਂ ਸ਼ੁਰੂ ਹੁੰਦੀ ਹੈ ਲੋੜ ਤੋਂ ਸ਼ੁਰੂ ਹੁੰਦੀ ਹੈ ਲੋੜ ਦੇ ਨਾਲ ਇੱਛਾ ਜੁੜੀ ਹੋਈ ਹੈ ਮਾਲਕ ਦੀ ਜਿਹੜੀ ਭਗਤੀ ਦੀ ਵੀ ਹੈ ਉਹ ਵੀ ਜਿੰਨਾ ਚਿਰ ਲੋੜ ਨਹੀਂ ਹੋਊਗੀ ਤਾਂ ਕਿਥੋਂ ਕਰਾਂਗੇ ਆਪਾਂ ਬੇਟਾ ਉਹ ਵੀ ਫਿਰ ਇੱਛਾ ਹੀ ਹੋਗੀ ਨਾ ਕਿ ਮੇਰਾ ਭਜਨ ਸਿਮਰਨ ਬਣੇ ਮਾਲਕ ਨਾਲ ਮੇਰਾ ਰਿਸ਼ਤਾ ਜੋ ਹੋਵੇ ਸੋ ਮਨ ਵਿੱਚ ਇੱਛਾ ਰਹੂਗੀ ਇਹ ਤਾਂ ਬਹੁਤ ਉੱਚੇ ਮੰਜ਼ਲਾਂ ਤੇ ਜਾ ਕੇ ਇੱਛਾ ਖਤਮ ਹੋਊਗੀ ਇਸ ਅਵਸਥਾ ਵਿੱਚ ਆਪਾਂ ਇਹ ਸੋਚੀਏ ਕਿ ਆਪਾਂ ਸਿਰਫ ਉਹੀ ਇੱਛਾ ਅੱਗੇ ਰੱਖੀਏ ਜਿਹੜੀ ਸਾਡੀ ਬਿਹਤਰੀ ਵਾਸਤੇ ਹੈ ਜੋ ਜਿਵੇਂ ਮਾਲਕ ਦੀ ਭਗਤੀ ਹੈ ਜਾਂ ਸੇਵਾ ਹੈ ਜਾਂ ਇਹ ਚੀਜ਼ਾਂ ਹੈਗੀਆਂ ਬਜਾਏ ਦੇ ਕਿ ਇਹ ਚੀਜ਼ਾਂ ਮੰਗੀਏ ਜਿਹੜੇ ਪੈਰਾਂ 'ਚ ਆ ਕੇ ਬੀੜੀਆਂ ਪਿਆ ਜਾਣਗੀਆਂ ਜਿਸ ਚੀਜ਼ ਦੇ ਨਾਲ ਮੇਰਾ ਬੋਝ ਵਧੂਗਾ ਉਹਨੂੰ ਹਾਸਲ ਕਰਨ ਦਾ ਮੈਨੂੰ ਕੀ ਫਾਇਦਾ ਹੋਇਆ ਬੇਟਾ ਜਿਸ ਚੀਜ਼ ਦੇ ਨਾਲ ਮੇਰਾ ਬੋਝ ਹਲਕਾ ਹੋਊਗਾ ਮੈਂ ਉਹਦੀ ਤਰਫ ਵਧਾਂ ਇਸ ਕਰਕੇ ਆਪਾਂ ਨੂੰ ਵਿਵੇਕ ਦਿੱਤੀ ਗਈ ਹੈ ਬੇਟਾ ਕਿ ਸੋਚੀਏ ਸਮਝੀਏ ਤਾਂ ਆਪਾਂ ਮੰਗ ਅੱਗੇ ਰੱਖੇ अगर अभी तक आपने हमारे चैनल को सब्सक्राइब नहीं किया है तो प्लीज सब्सक्राइब करें हमारे यूट्यूब चैनल सिटी वैब को अगर आप हमें फेसबुक या इंस्टाग्राम पर देख रहे हैं तो हमारे पेज को भी फॉलो जरूर करें